ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਲਵਜੀਤ ਸਿੰਘ, ਡਾਇਰੈਕਟਰ ਇੰਟਰਨੈਸ਼ਨਲ ਲੈਂਡਮਾਰਕ ਇਮੀਗ੍ਰੇਸ਼ਨ ਤੋਂ। ਮੇਰਾ ਨਾਮ ਮਿਸਟਰ ਗੁਰਮੇਜ ਸਿੰਘ ਜੀ ਅਤੇ ਸੰਦੀਪ ਕੌਰ ਨੇ, ਜੋ ਕਿ ਚੰਡੀਗੜ੍ਹ ਤੋਂ ਬਿਲੋਂਗ ਕਰਦੇ ਨੇ। ਸੰਦੀਪ ਜੀ ਅਤੇ ਗੁਰਮੇਜ ਜੀ ਦਾ ਜਿਹੜਾ ਪਹਿਲਾਂ ਬੇਟੇ ਦਾ ਸਟੱਡੀ ਵੀਜ਼ਾ ਫਾਈਲ ਹੋਇਆ ਸੀ ਕੈਨੇਡਾ ਦੇ ਵਿੱਚ, ਐਬਰਸਫੋਰਡ ਯੂਨੀਵਰਸਿਟੀ ਫਰੇਜ਼ਰ ਵੈਲੀ ਦੇ ਵਿੱਚ। ਦੈਨ ਇਹਨਾਂ ਦੀ ਰੈਫਰੈਂਸ ਤੋਂ ਕਾਫੀ ਸਾਰੇ ਸਟੂਡੈਂਟ ਇਹਨਾਂ ਨੇ ਅਪਲਾਈ ਕੀਤੇ, ਜਿਨ੍ਹਾਂ ਦੇ ਪੋਜ਼ਿਟਿਵ ਰਿਜ਼ਲਟ ਆਏ। ਫਾਈਨਲੀ ਇਹਨਾਂ ਦੋਵਾਂ ਨੇ ਆਪਣਾ ਅਪਲਾਈ ਕੀਤਾ ਟੂਰਿਸਟ ਵੀਜ਼ਾ ਐਂਡ ਦੇ ਗੋਟ ਦਾ ਵੀਜ਼ਾ ਟਿਲ ਦ ਵੈਲੀਡੇਸ਼ਨ ਆਫ ਦੇ ਪਾਸਪੋਰਟ। ਸੋ ਬਹੁਤ ਬਹੁਤ ਕੰਗਰੈਚੁਲੇਸ਼ਨਸ। ਸੋ ਫਸਟ ਆਫ ਆਲ, ਜਿਵੇਂ ਗੱਲ ਕਰਨ ਤੁਹਾਡਾ ਜੋ ਆਪਾਂ ਡਿਸਕਸ ਕਰ ਰਹੇ ਸੀਗੇ, ਕਾਫੀ ਦੇਰ ਤੋਂ ਕਾਫੀ ਸਾਲਾਂ ਤੁਸੀਂ ਲੈਂਡਮਾਰਕ ਨਾਲ ਜੁੜੇ ਹੋਏ ਹੋ, ਐਕਸਪੀਰੀਅੰਸ ਤੁਹਾਡੇ ਆਪਣੇ ਬੇਟੇ ਦਾ ਵੀਜ਼ਾ ਲੱਗਿਆ, ਹੀ ਇਜ਼ ਵੈਰੀ ਸੈਟਿਸਫਾਈ ਓਵਰ ਦੇ। ਹੁਣ ਤੁਸੀਂ ਆਪਣਾ ਫਾਈਲ ਕੀਤਾ, ਤੁਹਾਡਾ ਆਪਣਾ ਬਿਜ਼ਨਸ ਸੀਗਾ ਸੀ ਰੀਅਲ ਸਟੇਟ ਦਾ, ਯੂ ਵਾਈ ਯੂ ਗੋਟ ਏ ਵੀਜ਼ਾ, ਕਿਵੇਂ ਰਿਹਾ ਓਵਰਆਲ ਐਕਸਪੀਰੀਅੰਸ, ਕਿੰਨੇ ਸਾਲਾਂ ਤੁਸੀਂ ਜੁੜੇ ਹੋਏ ਹੋ, ਪਲੀਜ਼ ਤੁਸੀਂ ਆਪਣਾ ਪ੍ਰੋਫਾਈਲ ਸ਼ੇਅਰ ਕਰੋ। ਮੈਂ ਤਕਰੀਬਨ ਗੁਰਪ੍ਰੀਤ ਨੂੰ ਇੱਥੇ 2-2.5 ਸਾਲ ਤੋਂ ਪਹਿਲਾਂ ਮਿਲਿਆ ਸੀਗਾ। ਅੱਛਾ ਜੀ। ਅਤੇ ਗੱਲ ਕਰਕੇ ਮੈਨੂੰ ਬੜਾ ਹੀ ਵਧੀਆ ਲੱਗਾ ਸੀਗਾ, ਅਤੇ ਫਿਰ ਮੈਂ ਅੱਗੇ ਬੇਟੇ ਵਾਸਤੇ ਇਹਨਾਂ ਨੂੰ ਹੀ ਸਿਲੈਕਟ ਕੀਤਾ ਸੀਗਾ। ਠੀਕ ਹੈ। ਔਰ ਜਿਸ ਤਰੀਕੇ ਦਾ ਐਕਸਪੀਰੀਅੰਸ ਮੈਨੂੰ ਚਾਹੀਦਾ ਸੀ ਇੱਥੋਂ, ਉਸ ਤਰੀਕੇ ਦਾ ਮੈਨੂੰ ਮਿਲਿਆ। ਬਿਲਕੁਲ ਮਿਲਿਆ। ਔਰ ਮੈਨੂੰ ਕਿਸੇ ਵੀ ਚੀਜ਼ ਦੇ ਵਿੱਚ ਕੋਈ ਪ੍ਰੋਬਲਮ, ਮੈਂ ਵਿਸ਼ੇਸ਼ ਕਰਕੇ ਇੱਕ ਗੱਲ ਕਹਾਂਗਾ ਕਿ ਜਿਹੜੇ ਇੱਥੇ ਕੰਸਲਟੈਂਟ ਨੇ ਉਹਨਾਂ ਨੂੰ ਫੋਲੋ ਜ਼ਰੂਰ ਕਰੋ, ਉਹ ਕੀ ਕਹਿੰਦੇ ਨੇ। ਬਿਲਕੁਲ। ਔਰ ਉਹਦੇ ਹਿਸਾਬ ਦੇ ਨਾਲ ਉਹਨਾਂ ਉਸ ਚੈਨਲ 'ਤੇ ਤੁਹਾਡਾ ਕੰਮ ਜ਼ਰੂਰ। ਬਿਲਕੁਲ। ਦੇਖੋ, ਅੱਜ ਦੇ ਟਾਈਮ ਦੇ ਵਿੱਚ ਇੱਕ ਤੁਹਾਡਾ ਟਰੱਸਟ, ਇੱਕ ਰਿਲੇਸ਼ਨ, ਲੈਂਡਮਾਰਕ ਇਮੀਗ੍ਰੇਸ਼ਨ, ਲਾਈਕ ਸਾਡੇ ਕੋਲ ਕਾਫੀ ਸਾਰਿਆਂ ਦੇ ਤੁਸੀਂ ਪਿਛਲੇ 2-2.5 ਸਾਲ ਦੇ ਨਾਲ ਜੁੜੇ ਹੋਏ ਹੋ। ਦੇਰ ਆਰ ਸਮ ਪੀਪਲ ਜੋ ਪਿਛਲੇ 10-12 ਸਾਲਾਂ ਦੇ ਵੀ ਸਾਡੇ ਨਾਲ ਜੁੜੇ ਹੋਏ ਨੇ, ਉਹ ਦੇ ਆਰ ਇਨ ਆਊਟ ਆਫ ਕੰਟਰੀ ਬਟ ਫਿਰ ਵੀ ਉਹ ਆਰ ਸੈਟਲ ਵੀ ਨੇ, ਉਹਨਾਂ ਦੇ ਬੱਚੇ ਵੀ ਸੈਟਲ ਨੇ, ਉਹ ਉੱਥੇ ਜਾ ਕੇ ਖੁਦ ਵੀ ਉੱਥੇ ਉਹਨਾਂ ਨੇ ਲਾਈਫ ਬਣਾ ਚੁੱਕੇ ਨੇ, ਬਟ ਫਿਰ ਵੀ ਇੱਕ ਰਿਲੇਸ਼ਨ ਬਣ ਜਾਂਦਾ, ਇੱਕ ਫੈਮਿਲੀ ਰਿਲੇਸ਼ਨ ਬਣ ਜਾਂਦਾ ਉਹਨਾਂ ਨਾਲ। ਸੋ ਇਨ ਸੇਮ ਵੇ ਉਹ ਸਾਰੇ ਪੇਰੈਂਟਸ ਜਾਂ ਆਪਣੇ ਬੱਚਿਆਂ ਨੂੰ, ਆਪਣੇ ਸਿਬਲਿੰਗਸ ਜਾਂ ਆਪਣੇ ਬ੍ਰਦਰ ਸਿਸਟਰ ਨੂੰ ਉੱਥੇ ਮਿਲਣਾ ਜਾਣਾ ਚਾਹੁੰਦੇ ਨੇ, ਇਫ ਦੇ ਪਲੈਨਿੰਗ ਯੂ ਕੈਨ ਮੇਕ ਲਾਈਕ ਗੁਰਮੀਤ ਐਂਡ ਸੰਦੀਪ ਜੀ, ਐਂਡ ਯੂ ਕੈਨ ਵਿਜ਼ਿਟ ਨੀਅਰ ਬਾਈ ਬ੍ਰਾਂਚਸ, ਨੀਅਰ ਬਾਈ ਸੈਮੀਨਾਰਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ, ਐਂਡ ਯੂ ਕੈਨ ਅਪਲਾਈ ਫੋਰ ਯੋਰ ਟੂਰਿਸਟ ਵੀਜ਼ਾ ਵਿਦ ਵਨ ਆਫ ਦਾ ਲੋਐਸਟ ਕੋਸਟ, ਐਂਡ ਯੂ ਕੈਨ ਗੈਟ ਬੈਸਟ ਰਿਜ਼ਲਟਸ। ਥੈਂਕ ਯੂ। ਬਹੁਤ ਬਹੁਤ ਕੰਗਰੈਚੁਲੇਸ਼ਨ ਸਰ। ਵੈਰੀ ਨਾਈਸ। ਗੋਡ ਬਲੈਸ ਯੂ।